ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨੂ ਮੋੜ ਤੇ ਪੋਲਿਟੀਕਲ ਇਸ਼ੂ ਦੇ ਰਿਗਾਰਡਿੰਗ ਇਹ ਆਪਣੀ 4th ਕਲਾਸ ਹੈ ਦੇਖੋ ਭਾਰਤੀ ਸੰਵਿਧਾਨ ਦੀ ਅਨਸੂਚੀਆਂ ਠੀਕ ਹੈ ਇਸ ਦੇ ਰਿਗਾਰਡਿੰਗ ਇੱਕ ਕੁਐਸਚਨ ਪੱਕਾ ਹਰ ਐਗਜ਼ਾਮ ਵਿੱਚ ਪੁੱਛਿਆ ਜਾਂਦਾ ਹੈ ਸਬ ਇੰਸਪੈਕਟਰ ਦਾ ਕਨਸਟੇਬਲ ਦਾ ਤੇ ਟ੍ਰਿਪਲ ਐਸਐਸਪੀ ਬੋਰਡ ਦਾ ਫੋਰੈਸਟ ਗਾਰਡ ਤੇ ਕਲਰਕ ਸਾਰੇ ਹੀ ਐਗਜ਼ਾਮ ਦੇ ਲਈ ਇੰਪੋਰਟੈਂਟ ਤੇ ਬੈਨੀਫੀਸ਼ੀਅਲ ਕਲਾਸ ਹੈ ਤਾਂ ਕਰਕੇ ਇਸ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਐਂਡ ਰਾਈਟ ਡਾਊਨ ਜ਼ਰੂਰ ਕਰ ਲਿਓ ਐਂਡ ਇਸ ਵੀਡੀਓ ਦੇ ਐਂਡ ਵਿੱਚ ਤੁਹਾਨੂੰ ਇੱਕ ਟ੍ਰਿਕ ਦੱਸਾਂਗਾ ਜਿਹੜੀ ਟ੍ਰਿਕ ਤੁਸੀਂ ਬਸ ਯਾਦ ਰੱਖਣੀ ਹੈ ਉਹ ਉਹ ਟ੍ਰਿਕ ਯਾਦ ਕਰ ਲੋਗੇ ਤਾਂ ਸਾਰਾ ਜਿਹੜਾ ਇਹ ਸ਼ੈਡਿਊਲ ਨੇ ਸਾਰੇ ਜਿਹੜੇ ਵੀ ਭਾਰਤੀ ਸੰਵਿਧਾਨ ਦੇ ਸ਼ੈਡਿਊਲ ਯਾਨੀ ਅਨੁਸੂਚੀਆਂ ਨੇ ਤਾਂ ਤੁਹਾਨੂੰ ਉਸ ਟ੍ਰਿਕ ਦੇ ਥਰੂ ਰਿਮੈਂਬਰ ਰਹਿਣ ਗਿਆ ਓਕੇ ਸਭ ਤੋਂ ਪਹਿਲਾਂ ਆਪਾਂ ਥਿਊਰੀ ਥੋੜੀ ਜੀ ਕਵਰ ਕਰ ਲੈਨੇ ਤਾਂ ਕਿ ਤੁਹਾਨੂੰ ਡੀਪਲੀ ਇਹ ਚੀਜ਼ਾਂ ਸਮਝ ਆ ਜਾਣ ਕਿ ਆਖਿਰ ਅਨੁਸੂਚੀਆਂ ਹੁੰਦੀ ਕੀ ਹੈ ਠੀਕ ਹੈ ਹੁਣ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜਲਦੀ ਨਾਲ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਓ ਜੇ ਤੁਹਾਨੂੰ ਵੀਡੀਓ ਬੈਨੀਫੀਸ਼ੀਅਲ ਲੱਗੇ ਤਾਂ ਓਕੇ ਤਾਂ ਸਭ ਤੋਂ ਪਹਿਲਾਂ ਆਪਾਂ ਆਪਣਾ ਭਾਰਤੀ ਸੰਵਿਧਾਨ ਵਿੱਚ ਟੋਟਲ ਕਿੰਨੀਆਂ ਅਨੁਸੂਚੀਆਂ ਨੇ ਜਿਹੜਾ ਅਜੋਕਾ ਸੰਵਿਧਾਨ ਆਪਣੇ ਇੰਡੀਆ ਦਾ ਉਸ ਵਿੱਚ ਟੋਟਲ 12 ਅਨੁਸੂਚੀਆਂ ਨੇ ਠੀਕ ਹੈ ਐਗਜ਼ਾਮ ਵਿੱਚ ਇਹ ਪੁਆਇੰਟ ਪੁੱਛਿਆ ਜਾਂਦਾ ਹੈ ਕਿ ਭਾਰਤੀ ਸੰਵਿਧਾਨ ਵਿੱਚ ਕਿੰਨੀਆਂ ਅਨੁਸੂਚੀਆਂ ਇਨਕਲੂਡ ਨੇ ਤਾਂ ਯਾਦ ਰੱਖਿਓ 12 ਜਿਹੜੀ ਅਨੁਸੂਚੀਆਂ ਯਾਨੀ ਸ਼ੈਡਿਊਲ ਨੇ ਇਸ ਤੋਂ ਇਲਾਵਾ ਸਭ ਤੋਂ ਪਹਿਲਾਂ ਇਸ ਦਾ ਜ਼ਿਕਰ ਕੋ ਦੋ ਹੈ ਸੀ ਭਾਰਤ ਸਰਕਾਰ ਐਕਟ 1935 ਈਸਵੀ ਵਿੱਚ 35 ਦਾ ਜਿਹੜਾ ਸੰਵਿਧਾਨ ਸੰਸ਼ੋਧਨ ਸੀ ਐਕਟ ਸੀ ਉਸ ਦੇ ਵਿੱਚ ਇਸ ਦਾ ਜ਼ਿਕਰ ਹੋਇਆ ਸੀ ਕਿ ਭਾਰਤ ਵਿੱਚ ਐਨੀ ਅਨੁਸੂਚੀਆਂ ਭਾਰਤੀ ਸੰਵਿਧਾਨ ਵਿੱਚ ਐਨੀ ਅਨੁਸੂਚੀਆਂ ਹੋਣੀ ਚਾਹੀਦੀਆਂ ਨੇ ਠੀਕ ਹੈ ਤੇ ਉਸ ਟਾਈਮ ਕੀ ਸੀ ਉਸ ਟਾਈਮ ਕੀ ਹੋਇਆ ਸੀ ਨਨ ਸਿਰਫ 10 ਅਨੁਸੂਚੀਆਂ ਇਨਕਲੂਡ ਕੀਤੀ ਸੀ ਤੇ ਪਰ ਉਸ ਤੋਂ ਬਾਅਦ ਕੀ 1949 ਵਿੱਚ ਜਦੋਂ ਅਡਾਪਟ ਕੀਤਾ ਸੀ ਆਪਣਾ ਹੈ ਗਿਆ ਸੀ ਭਾਰਤੀ ਸੰਵਿਧਾਨ ਨੂੰ ਉਦੋਂ ਦੋ ਕੱਟ ਕੇ ਇਹਨਾਂ ਨੇ ਕੀ ਕੀਤਾ ਅੱਠ ਅਨੁਸੂਚੀਆਂ ਇਨਕਲੂਡ ਕਰ ਦਿੱਤੀ ਭਾਰਤੀ ਸੰਵਿਧਾਨ ਵਿੱਚ ਓਕੇ ਕਨਫਿਊਜ਼ ਨਾ ਹੋਇਓ ਦੇਖੋ ਸਭ ਤੋਂ ਪਹਿਲਾਂ ਕੀ ਐਗਜ਼ਾਮ ਵਿੱਚ ਮੋਸਟਲੀ ਕੀ ਪੁੱਛਿਆ ਜਾਂਦਾ ਹੈ ਕਿ ਸੰਵਿਧਾਨ ਨੂੰ ਅਡਾਪਟ ਯਾਨੀ ਸੰਵਿਧਾਨ ਆਉਣ ਵੇਲੇ ਭਾਰਤ ਵਿੱਚ ਭਾਰਤੀ ਸੰਵਿਧਾਨ ਵਿੱਚ ਕਿੰਨੀਆਂ ਅਨੁਸੂਚੀਆਂ ਸੀ ਤਾਂ ਇਸ ਦਾ ਆਨਸਰ ਹੋਵੇਗਾ 8 ਅਨੁਸੂਚੀਆਂ ਸੀ ਤੇ ਅਜੋਕੇ ਜਿਹੜਾ ਸੰਵਿਧਾਨ ਹੈ ਅੱਜ ਦਾ ਸੰਵਿਧਾਨ ਹੈ ਉਸ ਵਿੱਚ ਕਿੰਨੀਆਂ ਅਨੁਸੂਚੀਆਂ ਨੇ ਆ ਉਸ ਵਿੱਚ ਬਣਾਣੀ ਠੀਕ ਹੈ ਇਹ ਦੋ ਪੁਆਇੰਟ ਤੁਸੀਂ ਯਾਦ ਰੱਖਿਓ ਹੁਣ ਆਪਾਂ ਸ਼ੈਡਿਊਲ ਕਿਹੜੇ-ਕਿਹੜੇ ਨੇ ਤੇ ਉਹਨਾਂ ਵਿੱਚ ਕੀ ਕੁਝ ਮੈਂਸ਼ਨ ਕੀਤਾ ਗਿਆ ਹੈ ਉਸ ਵਿੱਚ ਉਸ ਬਾਰੇ ਡਿਸਕਸ ਕਰ ਲੈਣਾ ਸਭ ਤੋਂ ਪਹਿਲਾਂ ਆਪਾਂ ਸ਼ੈਡਿਊਲ ਯਾਨੀ ਅਨੁਸੂਚੀ ਨੰਬਰ 1 ਦੀ ਗੱਲ ਕਰੀਏ ਅਨੁਸੂਚੀ ਨੰਬਰ 1 ਵਿੱਚ ਲਿਖਿਆ ਹੋਇਆ ਹੈ ਕਿ ਇਸ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਮ ਸ਼ਾਮਿਲ ਨੇ ਮਤਲਬ ਇੱਕ ਲਿਸਟ ਬਣاتی ਜਿਸ ਦਾ ਫਰਸਟ ਪੁਆਇੰਟ ਦਾ ਕੀ ਨਾਮ ਰੱਖ ਦਿੱਤਾ ਇਹਨਾਂ ਨੇ ਅਨੁਸੂਚੀ ਨੰਬਰ 1 ਅੰਦੁੱਤੀ ਨੰਬਰ 1 ਵਿੱਚ ਕੀ ਲਿਖਿਆ ਭਾਰਤੀ ਸੰਵਿਧਾਨ ਵਿੱਚ ਕੀ ਇਹ ਇਹ ਐਨੇ ਭਾਰਤ ਵਿੱਚ ਰਾਜ ਨੇ ਐਨੇ ਯੂਨੀਅਨ ਟੈਰੀਟਰੀ ਯਾਨੀ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਠੀਕ ਹੈ ਇੱਥੋਂ ਤੱਕ ਆ ਜਿਹੜੇ ਕਿ ਇਸ ਰਾਜ ਦੀ ਸੀਮਾ ਨਿਰਧਾਰਿਤ ਕੀਤੀ ਗਈ ਹੈ ਠੀਕ ਹੈ ਜਿਹੜੇ ਵੀ ਆਪਣੇ ਟੋਟਲ ਜਿੰਨੇ ਵੀ ਰਾਜ ਨੇ ਆਪਣੇ ਭਾਰਤ ਵਿੱਚ ਉਹਨਾਂ ਦੀ ਇੱਕ ਅਧਿਕਾਰਿਕਤ ਸੀਮਾ ਯਾਨੀ ਖੇਤਰ ਨਿਸ਼ਚਿਤ ਹੁੰਦਾ ਹੈ ਕਿ ਇੱਥੇ ਤੱਕ ਇਸ ਦਾ ਹਰਿਆਣਾ ਦਾ ਬਾਰਡਰ ਹੈ ਹਰਿਆਣਾ ਦੇ ਤੇ ਪੰਜਾਬ ਦੇ ਬਾਰਡਰ ਦੇ ਵਿੱਚਕਾਰਲਾ ਏਰੀਆ ਤੇ ਸੋਰੀ ਹਰਿਆਣਾ ਤੇ ਪੰਜਾਬ ਦੇ ਬਾਰਡਰ ਦੇ ਵਿੱਚਕਾਰ ਦਾ ਏਰੀਆ ਹਰਿਆਣਾ ਠੀਕ ਹੈ ਇਸ ਤਰ੍ਹਾਂ ਜਿਹੜਾ ਖੇਤਰ ਨਿਰਧਾਰਿਤ ਕੀਤਾ ਗਿਆ ਇਹ ਕਿਹੜੀ ਅਨੁਸੂਚੀ ਵਿੱਚ ਲਿਖਿਆ ਹੈ ਇਹ ਅਨੁਸੂਚੀ ਨੰਬਰ 1 ਵਿੱਚ ਲਿਖਿਆ ਹੋਇਆ ਠੀਕ ਹੈ ਇਸ ਤੋਂ ਬਾਅਦ ਗੱਲ ਕਰੀਏ ਸ਼ੈਡਿਊਲ ਨੰਬਰ 2 ਦੀ ਸ਼ੈਡਿਊਲ ਨੰਬਰ 2 ਵਿੱਚ ਕੀ ਲਿਖਿਆ ਪੱਤਿਆਂ ਯਾਨੀ ਸੈਲਰੀ ਯਾਨੀ ਵਿਸ਼ੇਸ਼ ਅਧਿਕਾਰ ਤੇ ਪੱਤਿਆਂ ਦੇ ਸਬੰਧਿਤ ਮਤਲਬ ਕਿ ਸੈਲਰੀ ਦੇ ਸਬੰਧਿਤ ਜਿਹੜੇ ਵੀ ਉੱਚ ਅਧਿਕਾਰੀ ਨੇ ਆਪਣੇ ਭਾਰਤ ਵਿੱਚ ਉਹਨਾਂ ਨੂੰ ਕਿੰਨੀ ਸੈਲਰੀ ਮਿਲੇਗੀ ਕੀ ਮਿਲੇਗੀ ਕੀ ਅਧਿਕਾਰ ਹੋਣਗੇ ਮਤਲਬ ਕਿ ਕਿਹੜੇ ਕਿਹੜੇ ਬੇਸ ਤੇ ਇਹਨਾਂ ਨੂੰ ਸੈਲਰੀ ਮਿਲੇਗੀ ਇਸ ਬਾਰੇ ਸ਼ੈਡੂਲ ਨੰਬਰ 2 ਵਿੱਚ ਲਿਖਿਆ ਹੋਇਆ ਤੇ ਮੋਸਟਲੀ ਕੀ ਐਗਜ਼ਾਮ ਵਿੱਚ ਕੀ ਪੁੱਛਿਆ ਜਾਂਦਾ ਇਸ ਦੇ ਰਿਗਾਰਡਿੰਗ ਕੁਐਸਚਨ ਕਿ ਜਿਹੜੀ ਸਰਕਾਰੀ ਐਲੂਮੈਂਟਰੀਜ਼ ਨੇ ਯਾਨੀ ਸੈਲਰੀਜ਼ ਨੇ ਇਸ ਦਾ ਪ੍ਰਵਧਾਨ ਕਿਹੜੇ ਸ਼ੈਡੂਲ ਵਿੱਚ ਕੀਤਾ ਗਿਆ ਤਾਂ ਹੀ ਯਾਦ ਰੱਖਿਓ ਸ਼ੈਡੂਲ ਨੰਬਰ 2 ਵਿੱਚ ਕੀਤਾ ਗਿਆ ਤੇ ਕਿੰਨਾਂ ਦੀ ਸੈਲਰੀ ਦਾ ਜ਼ਿਕਰ ਹੋਇਆ ਇਸ ਵਿੱਚ ਭਾਰਤ ਦੇ ਰਾਸ਼ਟਰਪਤੀ ਦੀ ਸੈਲਰੀ ਦਾ ਹੋਇਆ ਠੀਕ ਹੈ ਗਵਰਨਰਾਂ ਦੇ ਜਿਹੜੇ ਵੀ ਗਵਰਨਰ ਦੀ ਸੈਲਰੀ ਹੁੰਦੀ ਹੈ ਉਹ ਵੀ ਸ਼ੈਡਿਊਲ ਨੰਬਰ 2 ਦੇ ਅਕੋਰਡਿੰਗ ਸੰਵਿਧਾਨ ਵਿੱਚ ਪ੍ਰਵਧਾਨ ਕੀਤਾ ਗਿਆ ਇਸ ਤੋਂ ਇਲਾਵਾ ਲੋਕ ਸਭਾ ਦੇ ਸਪੀਕਰ ਤੇ ਡਿਫਟੀ ਸਪੀਕਰ ਰਾਜ ਸਭਾ ਦੇ ਚੇਅਰਮੈਨ ਤੇ ਰਾਜ ਸਭਾ ਦੇ ਉਪ ਚੇਅਰਮੈਨ ਅਤੇ ਰਾਜ ਵਿਧਾਨ ਸਭਾ ਦੇ ਸਪੀਕਰ ਤੇ ਡਿਫਟੀ ਸਪੀਕਰ ਇਸ ਤੋਂ ਇਲਾਵਾ ਵੈਸੇ ਇਹ ਮੈਂ ਤੁਹਾਨੂੰ ਜਸਟ ਥੋੜਾ ਜਿਹਾ ਇੱਕ ਹਿੰਟ ਦੇਣ ਵਾਸਤੇ ਦੱਸ ਰਿਹਾ ਬਾਕੀ ਇਹਨਾਂ ਬਾਰੇ ਇਗਜ਼ਾਮ ਵਿੱਚ ਨਹੀਂ ਪੁੱਛਿਆ ਜਾਂਦਾ ਕਿ ਕਿਹਦੀ ਕਿਹਦੀ ਸੈਲਰੀ ਮੈਂਸ਼ਨ ਹੈ ਠੀਕ ਹੈ ਬਟ ਇੱਕ ਵਾਰੀ ਤੁਸੀਂ ਫਿਰ ਵੀ ਐਡ ਕਰ ਲਓ ਆਪਣੇ ਮਾਈਂਡ ਵਿੱਚ ਇਹ ਚੀਜ਼ਾਂ ਕਿ ਇਹਨਾਂ ਦੀ ਸੈਲਰੀ ਹੈ ਜਿਹੜੀ ਕਿ ਸ਼ੈਡਿਊਲ ਨੰਬਰ 2 ਦੇ ਅਕੋਰਡਿੰਗ ਦਿੱਤੀ ਜਾਂਦੀ ਹੈ ਓਕੇ ਇਸ ਤੋਂ ਬਾਅਦ ਸ਼ੈਡਿਊਲ ਨੰਬਰ 3 ਦੀ ਗੱਲ ਕਰੀਏ ਸ਼ੈਡਿਊਲ ਨੰਬਰ 3 ਵਿੱਚ ਕੀ ਲਿਖਿਆ ਸੌ ਅਤੇ ਪੂਸ਼ਟਿਕਾ ਦੇ ਕਿਸਮਾਂ ਜਿਵੇਂ ਹੁਣ ਭਾਰਤ ਦਾ ਕੇਂਦਰ ਮੰਤਰੀ ਹੋ ਗਿਆ ਉਸ ਨੂੰ ਇੱਕ ਆਪਣੀ ਜੋਇਨ ਸਟਾਰਟ ਕਰਨ ਤੋਂ ਪਹਿਲਾਂ ਆਪਣਾ ਕੰਮ ਸਟਾਰਟ ਕਰਨ ਤੋਂ ਪਹਿਲਾਂ ਸੌ ਚੱਕਣੀ ਪੈਂਦੀ ਹੈ ਨਾ ਸਖਤ ਜਿਵੇਂ ਆਪਾਂ ਸਖਤ ਕਹਿ ਦਿੰਦੇ ਹਾਂ ਸ਼ੈਡਿਊਲ ਨੰਬਰ 3 ਵਿੱਚ ਲਿਖਿਆ ਹੋਇਆ ਹੈ ਕਿ ਇਹ ਜਿਹੜੇ ਵੀ ਨੇ ਠੀਕ ਹੈ ਇਹ ਜਿਹੜੇ ਜਿੰਨਾ ਵੀ ਜਿਨ੍ਹਾਂ ਦੇ ਇੱਥੇ ਨਾਮ ਲਿਖੇ ਨੇ ਭਾਰਤ ਸਭਾ ਦੇ ਚੋਣ ਦੇ ਉਮੀਦਵਾਰ ਮੈਂਬਰ ਸੁਪਰੀਮ ਕੋਰਟ ਦੇ ਜੱਜ ਕੰਟਰੋਲਰ ਰਾਜ ਮੰਤਰੀ ਤੇ ਰਾਜ ਵਿਧਾਨ ਸਭਾ ਤੇ ਹਾਈ ਕੋਰਟ ਦੇ ਜੱਜ ਇਹ ਸਾਰੇ ਜਿਹੜੇ ਵੀ ਜਦੋਂ ਵੀ ਆਪਣੀ ਡਿਊਟੀ ਤੇ ਜਾਣਗੇ ਹਨਾ ਤੇ ਇਹਨਾਂ ਨੂੰ ਸ਼ਖਤ ਚੁਕਾਈ ਜਾਵੇਗੀ ਤੇ ਕੌਣ ਇਹਨਾਂ ਨੂੰ ਸ਼ਖਤ ਯਾਨੀ ਸੋਹ ਚੁਕਾਵੇਗਾ ਕਿਸ ਕਿਹੜੀ ਸਪੀਚ ਬੋਲਣੀ ਹੈ ਇਹ ਸਾਰਾ ਕੁਝ ਕਾਦੇ ਵਿੱਚ ਲਿਖਿਆ ਸ਼ੈਡਿਊਲ ਨੰਬਰ 3 ਵਿੱਚ ਇਹ ਲਿਖਿਆ ਹੋਇਆ ਓਕੇ ਇਸ ਤੋਂ ਬਾਅਦ ਸ਼ਡਿਊਲ ਨੰਬਰ 4 ਦੀ ਗੱਲ ਕਰੀਏ ਇਸ ਵਿੱਚ ਰਾਜ ਸਭਾ ਅਤੇ ਇਸ ਵਿੱਚ ਰਾਜ ਸਭਾ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਸੀਟਾਂ ਦੀ ਵੰਡ ਦੀ ਗੱਲ ਕੀਤੀ ਗਈ ਹੈ ਮਤਲਬ ਸੀਟਾਂ ਦੀ ਵੰਡ ਰਾਜ ਸਭਾ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਕਿੰਨੀ-ਕਿੰਨੀ ਰਾਜ ਸਭਾ ਦੇ ਸੀਟ ਹੋਣਗੀਆਂ ਮਤਲਬ ਕਿ ਇੱਥੇ ਤੁਸੀਂ ਨੋਟ ਕਰੋ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਉਹਨਾਂ ਵਿੱਚ ਰਾਜ ਸਭਾ ਦੀ ਕਿੰਨੇ ਸੀਟਾਂ ਹੋਣ ਗਿਆ ਠੀਕ ਹੈ ਇਸ ਬਾਰੇ ਡਿਸਕਸ ਕੀਤਾ ਗਿਆ ਸ਼ੈਡਿਊਲ ਨੰਬਰ 4 ਵਿੱਚ ਮਤਲਬ ਕਿ ਸੀਟਾਂ ਦੀ ਵੰਡ ਕੀਤੀ ਹੈ ਕਾਦੀ ਰਾਜ ਸਭਾ ਦੀਆਂ ਸੀਟਾਂ ਦੀ ਠੀਕ ਹੈ ਆਲ ਭਾਰਤ ਦੀ ਜਿਹੜੇ ਵੀ ਸਟੇਟਸ ਨੇ ਤੇ ਯੂਨੀਅਨ ਟੈਰੀਟਰੀਜ਼ ਨੇ ਓਕੇ ਇਹ ਚੀਜ਼ ਵੀ ਕਾਫੀ ਇੰਪੋਰਟੈਂਟ ਐ ਐਗਜ਼ਾਮ ਵਿੱਚ ਪੁੱਛੀ ਜਾਂਦੀ ਹੈ ਇਸ ਤੋਂ ਬਾਅਦ ਸ਼ੈਡਿਊਲ ਨੰਬਰ 5 ਦੀ ਗੱਲ ਕਰੀਏ ਇਸ ਵਿੱਚ ਕੀ ਹੈ ਅਨੁਸੂਚਿਤ ਖੇਤਰ ਤੇ ਅਨੁਸੂਚਿਤ ਕਬੀਲਿਆਂ ਦੇ ਪ੍ਰਸ਼ਾਸਨ ਅਤੇ ਨਿਯੰਤਰਣ ਦੇ ਸਬੰਧ ਵਿੱਚ ਉਪਲਬਧ ਕੀਤਾ ਗਿਆ ਹੈ ਮਤਲਬ ਕਿ ਸ਼ੈਡਿਊਲ ਨੰਬਰ 5 ਵਿੱਚ ਲਿਖਿਆ ਹੈ ਕਿ ਜਿਹੜੇ ਅਨਸੂਚਿਤ ਖੇਤਰ ਨੇ ਸ਼ੈਡਿਊਲ ਟ్రైਬ ایریاز ਨੇ ਤੇ ਸ਼ੈਡਿਊਲ ਟ్రైਬ ਕਾਸਟ ਯਾਨੀ ਕਬੀਲੇ ਨੇ ਹੈ ਨਾ ਉਹਨਾਂ ਤੇ ਕਿਵੇਂ ਪ੍ਰਸ਼ਾਸਨ ਕਰਨਾ ਹੈ ਕਿਵੇਂ ਨਿਯੰਤਰਣ ਕਰਨਾ ਹੈ ਇਸ ਬਾਰੇ ਜ਼ਿਕਰ ਸਾਰਾ ਸ਼ੈਡਿਊਲ ਨੰਬਰ 5 ਵਿੱਚ ਲਿਖਿਆ ਗਿਆ ਇਸ ਤੋਂ ਬਾਅਦ ਸ਼ੈਡਿਊਲ ਨੰਬਰ 6 ਦੀ ਗੱਲ ਕਰੀਏ ਸ਼ੈਡਿਊਲ ਨੰਬਰ 6 ਵਿੱਚ ਕੀ ਲਿਖਿਆ ਹੋਇਆ ਇਸ ਵਿੱਚ ਇਹ ਚਾਰ ਰਾਜੇ ਨੇ ਕਾਫੀ ਬਾਰੀ ਇਗਜ਼ਾਮ ਵਿੱਚ ਰਿਪੀਟ ਹੋਇਆ ਦੋਸਤੋ ਪਿਛਲੇ ਸਾਲ ਜਿਹੜਾ ਕਨਸਟੇਬਲ ਦਾ ਤੇ ਸਰਵ ਇਨਸਪੈਕਟਰ ਦਾ ਇਗਜ਼ਾਮ ਹੋਇਆ ਸੀ ਦੋਨਾਂ ਵਿੱਚ ਇਹ ਸਵਾਲ ਪੁੱਛਿਆ ਗਿਆ ਸੀ ਠੀਕ ਹੈ ਇਹ ਸ਼ੈਡਿਊਲ ਨੰਬਰ 6 ਚੰਗੀ ਤਰ੍ਹਾਂ ਲਿਖ ਲੋ ਤੇ ਯਾਦ ਕਰ ਲੋ ਸ਼ੈਡਿਊਲ ਨੰਬਰ 6 ਕੀ ਕਹਿੰਦਾ ਜਿਹੜਾ ਅਸਾਮ ਹੈ ਮਿਗੇਲ ਹੈ ਤ੍ਰਿਪੁਰਾ ਤੇ ਮਿਜ਼ੋਰਮ ਹੈ ਠੀਕ ਹੈ ਇਹਨਾਂ ਰਾਜਾਂ ਵਿੱਚ ਜ਼ਿਆਦਾਤਰ ਕਬਿਲੀ ਖੇਤਰ ਨੇ ਮਤਲਬ ਕਬੀਲੇ ਦੇ ਲੋਕ ਰਹਿਣ ਵਾਲੇ ਨੇ ਤੇ ਉਹਨਾਂ ਤੇ ਪ੍ਰਸ਼ਾਸਨ ਕਿਵੇਂ ਕਰਨਾ ਹੈ ਕਿਵੇਂ ਇਸ ਨੂੰ ਹੈਂਡਲ ਕਰਨਾ ਹੈ ਕਿਵੇਂ ਇਹਨਾਂ ਤੱਕ ਜਿਹੜੀ ਜ਼ਰੂਰਤਾਂ ਦਾ ਸਮਾਨ ਪਹੁੰਚਾਉਣਾ ਹੈ ਇਸ ਬਾਰੇ ਜਿਹੜੀ ਇਹ ਗੱਲਾਂ ਡਿਸਕਸ ਕੀਤੀਆਂ ਨੇ ਤਾਂ ਸ਼ਡਿਊਲ ਨੰਬਰ 6 ਵਿੱਚ ਯਾਦ ਰੱਖਿਓ ਸਬ ਇੰਸਪੈਕਟਰ ਦੇ ਇਗਜ਼ਾਮ ਵਿੱਚ ਇਹ ਕੁਸ਼ਚਨ ਕਿਵੇਂ ਕੁਮਾ ਫਿਰਾਰ ਕੇ ਪੁੱਛਿਆ ਗਿਆ ਸੀ ਦੇਖੋ ਉਹਨਾਂ ਨੇ ਕਿ ਕੁਸ਼ਚਨ ਵਿੱਚ ਨਾਮ ਪੁਟ ਕਰਤਾ ਮੇਗਾ ਲੇਦਾ ਨਾਮ ਪੁਟ ਕਰਤਾ ਤ੍ਰਿਪੁਰਾ ਤੇ ਮਿਜ਼ੋਰਮ ਤੇ ਇਸ ਤੋਂ ਇਸ ਤੋਂ ਬਾਅਦ ਕੀ ਲਿਖਿਆ ਸੀ ਕਿ ਮੇਗਾ ਲੇ ਤ੍ਰਿਪੁਰਾ ਮਿਜ਼ੋਰਮ ਤੋਂ ਇਲਾਵਾ ਚੌਥਾ ਕਿਹੜਾ ਤਹੋ ਕਬੀਲਾਈ ਖੇਤਰ ਹੈ ਸਟੇ ਆਪਣੀ ਸਟੇਟ ਹੈ ਜਿਹੜਾ ਸ਼ਡਿਊਲ ਨੰਬਰ 6 ਦੇ ਅਕੋਰਡਿੰਗ ਪ੍ਰਚਾਰਣ ਦੇ ਪ੍ਰਬੰਧ ਵਿੱਚ ਉਪਲਬੰਧ ਸ਼ਾਮਿਲ ਕੀਤਾ ਗਿਆ ਠੀਕ ਹੈ ਇਹ ਚਾਰ ਨਾਮ ਆਮ ਤੁਸੀਂ इजीली ਯਾਦ ਰੱਖ ਲਓ ਜਿਵੇਂ ਮਰਜ਼ੀ ਯਾਦ ਰੱਖ ਲਓ ਟ੍ਰਿਕ ਬਣਾ ਕੇ ਰੱਖ ਲਓ ਚਾਹੇ ਓਕੇ ਇਸ ਤੋਂ ਬਾਅਦ ਸ਼ੈਡਿਊਲ ਨੰਬਰ 7 ਦੀ ਗੱਲ ਕਰੀਏ ਸ਼ੈਡਿਊਲ ਨੰਬਰ 7 ਵਿੱਚ ਕੀ ਲਿਖਿਆ ਹੈ ਤਿੰਨ ਵਿਧਾਨਕ ਯਾਨੀ ਆਪਣੀ ਜਿਹੜੀ ਲੈਜਿਸਲੇਟਿਵ ਲਿਸਟ ਨੇ ਉਸ ਦੇ ਨਾਲ ਸੰਬੰਧਿਤ ਜ਼ਿਕਰ ਕੀਤਾ ਗਿਆ ਠੀਕ ਹੈ ਹੁਣ ਕਾਫੀ ਬੱਚਿਆਂ ਨੂੰ ਦੋ ਲਿਸਟਾਂ ਦਾ ਤਾਂ ਪਤਾ ਹੁੰਦਾ ਜਿਹੜੀ ਆਪਣੀ ਲੈਜਿਸਲੇਟਿਵ ਯਾਨੀ ਵਿਧਾਨਕ ਸੂਚੀਆਂ ਨੇ ਉਹਨਾਂ ਦਾ ਦੋ ਬਾਰੇ ਤਾਂ ਪਤਾ ਯੂਨੀਅਨ ਤੇ ਸਟੇਟ ਇਜ਼ੀ ਹੈ ਤਾਂ ਇਹ ਸਾਰਿਆਂ ਨੂੰ ਪਤਾ ਹੈ ਸੈਂਟਰ ਤੇ ਰਾਜ ਠੀਕ ਹੈ ਤੇ ਤੀਜੀ ਲਿਸਟ ਕਿਹੜੀ ਹੁੰਦੀ ਹੈ ਕੰਕੋਰਡੈਂਟ ਲਿਸਟ ਹੁੰਦੀ ਹੈ ਇਹ ਵੀ ਤੁਸੀਂ ਯਾਦ ਰੱਖੋ एग्जाम ਵਿੱਚ ਪੁੱਛਿਆ ਜਾਂਦਾ ਠੀਕ ਹੈ ਸ਼ੈਡਿਊਲ ਨੰਬਰ 7 ਵਿੱਚ ਇੰਨਾ ਕਿੰਨਾ ਲਿਸਟਾਂ ਦੇ ਬਾਰੇ ਪੁੱਛਿਆ ਜਾਂਦਾ ਓਕੇ ਲਿਖਿਆ ਹੋਇਆ ਮਤਲਬ ਸੋ ਜੀ ਦੋਸਤੋ ਥੋੜੀ ਤਬਿਆਤ ਹੈ ਮੇਰੀ ਠੀਕ ਨਹੀਂ ਹੈ ਤਾਂ ਕਰਕੇ ਆਵਾਜ਼ ਵਿੱਚ ਥੋੜੀ ਜੀ ਤੁਹਾਨੂੰ ਪ੍ਰੋਬਲਮ ਸ਼ੋ ਹੋ ਰਹੀ ਹੈ ਬਟ ਕੱਲ ਤੋਂ ਜਿਹੜੀ ਵੀਡੀਓਜ਼ ਤੁਹਾਨੂੰ ਮਿਲਣਗੀਆਂ ਉਹਨਾਂ ਵਿੱਚ ਬਿਲਕੁਲ ਵੀ ਕੋਈ ਵੀ ਪ੍ਰੋਬਲਮ ਨਹੀਂ ਹੋਵੇਗੀ ਓਕੇ ਤਾਂ ਤਾਂ ਕਰਕੇ ਆਵਾਜ਼ ਥੋੜੀ ਜੀ ਪ੍ਰੋਬਲਮ ਆਵਾਜ਼ ਦੀ ਥੋੜੀ ਜੀ ਪ੍ਰੋਬਲਮ ਕਰਕੇ ਉਸ ਲਈ ਮੈਂ ਸੌਰੀ ਮੰਗਦਾ ਠੀਕ ਹੈ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਤੁਹਾਨੂੰ ਨਹੀਂ ਆਵੇਗੀ ਤੇ ਆਪਾਂ ਗੱਲ ਕਰ ਰਹੇ ਸੀ ਸ਼ੈਡਿਊਲ ਨੰਬਰ 8 ਦੀ ਗੱਲ ਕਰ ਰਹੇ ਸੀ ਸ਼ੈਡਿਊਲ ਨੰਬਰ 8 ਵਿੱਚ ਕੀ ਲਿਖਿਆ ਹੈ ਕਿ ਆਪਣੇ ਜਿਹੜੇ ਕੀ 22 ਸਰਕਾਰੀ ਅਧਿਕਾਰਿਕ ਭਾਸ਼ਾਵਾਂ ਨੇ ਮਤਲਬ ਕਿ ਜਿਹੜੀ ਸਰਕਾਰ ਦੁਆਰਾ ਮੰਨਤਾ ਪ੍ਰਾਪਤੀ ਕੀਤੀਆਂ ਗਿਆ 22 ਭਾਸ਼ਾਵਾਂ ਨੇ ਬਾਈ ਲੈਂਗੁਏਜ ਨੇ ਆਫੀਸ਼ੀਅਲ ਲੈਂਗੁਏਜ ਨੇ ਉਹ ਇਹਨਾਂ ਦਾ ਜ਼ਿਕਰ ਕਿਹੜੇ ਸ਼ੈਡਿਊਲ ਵਿੱਚ ਕੀਤਾ ਗਿਆ ਸ਼ੈਡਿਊਲ ਨੰਬਰ 8 ਵਿੱਚ ਕੀਤਾ ਗਿਆ ਠੀਕ ਹੈ ਇੱਕ ਵਾਰੀ ਇਹ ਸਾਰੀ ਸਭ ਤੁਹਾਡੇ ਸਾਹਮਣੇ ਹੈ 22 ਲੈਂਗੁਏਜ ਦਾ ਨਾਮ ਇੱਥੇ ਨੋਟ ਕਰਾ ਦਿੱਤੇ ਨਾ ਇੱਕ ਵਾਰੀ ਧਿਆਨ ਮਾਰ ਲਿਓ ਕਿਹੜੀ ਕਿਹੜੀ ਸੰਵਿਧਾਨ ਦੇ ਅਕੋਰਡਿੰਗ ਜਿਹੜੀ ਸਰਕਾਰੀ ਅਧਿਕਾਰਿਤ ਭਾਸ਼ਾ ਨੇ ਇਹ ਇੱਕ ਵਾਰੀ ਧਿਆਨ ਦੇ ਲਿਓ ਬਟ ਇੰਨਾ ਬਾਰੇ ਜ਼ਿਆਦਾ ਡੀਪਲੀ ਕੁਐਸਚਨ ਨਹੀਂ ਜਾਂਦਾ ਕੀ ਐਗਜ਼ਾਮ ਵਿੱਚ ਸਿਰਫ ਪੁੱਛਿਆ ਜਾਂਦਾ ਕਿ ਸ਼ੈਡਿਊਲ ਨੰਬਰ 8 ਦੇ ਅਕੋਰਡਿੰਗ ਭਾਰਤੀ ਸੰਵਿਧਾਨ ਨੇ ਕਿੰਨੀਆਂ ਜਿਹੜੀ ਅਧਿਕਾਰਿਤ ਸਰਕਾਰੀ ਭਾਸ਼ਾਵਾਂ માં ਨਿਯੁਕਤ ਕੀਤੀਆਂ ਨੇ ਤਾਂ ਯਾਦ ਰੱਖਿਓ 22 ਹੈ ਆਫੀਸ਼ੀਅਲੀ ਲੈਂਗੁਏਜ 22 ਹੀ ਨੇ ਠੀਕ ਹੈ ਇਹ ਚੀਜ਼ ਵੀ ਪੋਟ ਕਰ ਲਓ ਇਸ ਤੋਂ ਬਾਅਦ ਕੁਐਸਚਨ ਨੰਬਰ 9 ਦੀ ਗੱਲ ਕਰੀ ਸੌਰੀ ਸ਼ੈਡਿਊਲ ਨੰਬਰ 9 ਦੀ ਗੱਲ ਕਰੀਏ ਸ਼ੈਡਿਊਲ ਨੰਬਰ 9 ਵਿੱਚ ਕੀ ਲਿਖਿਆ ਹੈ ਇਹ ਰਾਜਾਂ ਦੇ ਐਕਟ ਅਤੇ ਨਿਯਮਾਂ ਨਾਲ ਸੰਬੰਧਿਤ ਜੋ ਜ਼ਮੀਨੀ ਸੁਧਾਰ ਠੀਕ ਹੈ ਬਸ ਇਹ ਪੁਆਇੰਟ ਤੁਸੀਂ ਯਾਦ ਰੱਖਿਓ ਸ਼ੈਡਿਊਲ ਨੰਬਰ 9 ਵਿੱਚ ਕੀ ਲਿਖਿਆ ਜ਼ਮੀਨੀ ਸੁਧਾਰਾਂ ਦੇ ਰਿਗਾਰਡਿੰਗ ਲਿਖਿਆ ਗਿਆ ਹੈ ਠੀਕ ਹੈ ਤੇ ਇਸ ਦੇ ਅਕੋਰਡਿੰਗ ਕੀ ਹੈ ਜ਼ਿਮੀਦਾਰੀ ਪ੍ਰਣਾਲੀ ਦਾ ਖਾਤਮਾ ਕੀਤਾ ਗਿਆ ਸ਼ੈਡਿਊਲ ਨੰਬਰ 9 ਵਿੱਚ ਹੀ ਇਗਜ਼ਾਮ ਵਿੱਚ ਇਹ ਪੁਆਇੰਟ ਪੁੱਛਿਆ ਜਾਂਦਾ ਹੈ ਕਿ ਜ਼ਿਮੀਦਾਰੀ ਪ੍ਰਣਾਲੀ ਦਾ ਖਾਤਮਾ ਕਿਹੜੇ ਸ਼ੈਡਿਊਲ ਦੇ ਅੰਤਰਗਤ ਕੀਤਾ ਜਾਂਦਾ ਹੈ ਤੇ ਯਾਦ ਰੱਖਿਓ ਸ਼ੈਡਿਊਲ ਨੰਬਰ 9 ਦੇ ਅਕੋਰਡਿੰਗ ਕੀਤਾ ਜਾਂਦਾ ਹੈ ਜੇ ਥੋੜਾ ਜਿਹਾ ਡੀਪਲੀ ਕੁਐਸਚਨ ਪੁੱਛਣ ਤਾਂ ਇਸ ਤਰ੍ਹਾਂ ਦੇ ਵੀ ਪੁੱਛਿਆ ਜਾ ਸਕਦਾ ਹੈ ਕਿ ਸ਼ੈਡਿਊਲ ਜ਼ਿਮੀਦਾਰੀ ਪ੍ਰਣਾਲੀ ਦਾ ਖਾਤਮਾ ਸ਼ੈਡਿਊਲ ਨੰਬਰ 9 ਵਿੱਚ ਕਿਹੜੇ ਐਕਟ ਦੇ ਥਰੂ ਕੀਤੀ ਗਈ ਸੀ ਤਾਂ ਪਹਿਲਾਂ ਸੋਧ ਐਕਟ 1951 ਦੇ ਅਕੋਰਡਿੰਗ ਜਿਹੜਾ ਸ਼ੈਡਿਊਲ ਨੰਬਰ 9 ਵਿੱਚ ਇਨਕਰੀਜ਼ਮੈਂਟ ਕੀਤੀ ਗਈ ਸੀ ਜਿਸ ਵਿੱਚ ਜ਼ਿਮੀਦਾਰੀ ਪ੍ਰਣਾਲੀ ਦਾ ਖਾਤਮਾ ਐਡ ਕੀਤਾ ਗਿਆ ਸੀ ਓਕੇ ਇਸ ਤੋਂ ਬਾਅਦ ਜ਼ਮੀਨੀ ਸੁਧਾਰ ਸ਼ੈਡਿਊਲ ਨੰਬਰ 9 ਵਿੱਚ ਇਸ ਤੋਂ ਬਾਅਦ ਸ਼ੈਡਿਊਲ ਨੰਬਰ ਯਾਨੀ ਅਨੁਸੂਚੀ ਨੰਬਰ 10 ਦੀ ਗੱਲ ਕਰੀਏ ਅਨੁਸੂਚੀ ਨੰਬਰ 10 ਵਿੱਚ ਕੀ ਲਿਖਿਆ ਹੈ ਸਿਰਫ ਦਲ ਬਦਲੀ ਇਹ ਪੁਆਇੰਟ ਤੁਸੀਂ ਇਹ ਨਾਮ ਯਾਦ ਰੱਖਿਓ ਸ਼ੈਡਿਊਲ ਨੰਬਰ 10 ਹੈ 10 ਦਾ ਨਾਮ ਕੀ ਹੈ ਦਲ ਬਦਲੀ ਠੀਕ ਹੈ ਦਲ ਬਦਲੀ ਦਾ ਕੀ ਹੈ ਹੁਣ ਆਪਾਂ ਦੇਖਦੇ ਹਾਂ ਕੋਈ ਵੀ ਨੇਤਾ ਕਿਸੇ ਵੀ ਪਾਰਟੀ ਵਿੱਚ ਜਾ ਕੇ ਰਲ ਜਾਂਦਾ ਹੈ ਠੀਕ ਹੈ ਇਹ ਕਿਉਂ ਕਰ ਸਕਦਾ ਉਹ ਸ਼ੈਡਿਊਲ ਨੰਬਰ 10 ਵਿੱਚ ਲਿਖਿਆ ਹੋਇਆ ਹੈ ਕਿ ਅਗਰ ਜੇ ਕੋਈ ਵੀ ਰਾਜਨੀਤਾ ਆਪਣੀ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਮਿਲਣਾ ਚਾਵੇ ਤਾਂ ਉਹ ਮਿਲ ਸਕਦਾ ਹੈ ਠੀਕ ਹੈ ਇਹ ਚੀਜ਼ ਵੀ ਨੋਟ ਕਰ ਲਓ ਤੇ ਇਹ ਕਿਹੜੇ ਸੋਧ ਐਕਟ ਦੇ ਥਰੂ ਕੀਤੀ ਗਈ ਸੀ 1985 ਦੇ 52ਵੇਂ ਸੋਧ ਐਕਟ ਦੇ ਥਰੂ ਸ਼ੈਡਿਊਲ ਨੰਬਰ 10 ਨੂੰ ਜੋੜਿਆ ਗਿਆ ਸੀ ਓਕੇ ਹੁਣ ਦੋਸਤੋ ਮੈਨੂੰ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਦਿਓ ਕਿ ਜਿੰਨਾ ਹਲੇ ਤੱਕ ਤੁਸੀਂ ਪੜਿਆ ਹੈ ਇਹ ਸਾਰੀ ਗੱਲਾਂ ਜਿਹੜੀ ਸਮਝ ਆ ਚਾ ਤੁਹਾਡੇ ਅੱਗੇ ਹੀ ਹੈ ਜਾਂ ਨਹੀਂ ਯੈਸ ਜਾਂ ਨੋ ਲਿਖ ਕੇ ਕਮੈਂਟ ਜਰੂਰ ਕਰ ਦਿਓ ਐਂਡ ਇੱਕ ਗੱਲ ਹੋਰ ਜੇ ਤੁਸੀਂ ਹਲੇ ਤੱਕ ਸਾਡਾ WhatsApp ਗਰੁੱਪ ਨਹੀਂ ਜੁਆਇਨ ਕੀਤਾ ਤਾਂ ਲਿੰਕ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਉੱਥੇ ਜਾ ਕੇ ਤੁਸੀਂ WhatsApp ਗਰੁੱਪ ਵੀ ਜੁਆਇਨ ਕਰ ਸਕਦੇ ਹੋ ਜਿਸ ਵਿੱਚ ਤੁਹਾਨੂੰ ਰੈਗੂਲਰ ਕਲਾਸਾਂ ਦੇ ਲਿੰਕ ਪ੍ਰੋਵਾਈਡ ਹੁੰਦੇ ਰਹਿਣਗੇ ਓਕੇ ਇਸ ਤੋਂ ਬਾਅਦ ਕੁਐਸਚਨ ਨੰਬਰ ਸੌਰੀ ਸ਼ੈਡਿਊਲ ਨੰਬਰ 11 ਦੀ ਗੱਲ ਕਰੀਏ ਸ਼ੈਡਿਊਲ ਨੰਬਰ 11 ਵਿੱਚ ਕੀ ਲਿਖਿਆ ਗਿਆ ਹੈ ਆਪਣੀ ਭਾਰਤ ਵਿੱਚ ਜਿੰਨੀ ਵੀ ਪੰਚਾਇਤਾਂ ਨੇ ਉਹਨਾਂ ਦਾ ਗਠਨ ਕਿਵੇਂ ਹੋਵੇਗਾ ਇੰਨੇ ਮੈਂਬਰ ਹੋਣਗੇ ਕੀ ਅਧਿਕਾਰ ਹੋਣਗੇ ਕੀ ਜ਼ਿੰਮੇਵਾਰੀਆਂ ਹੋਣਗੀਆਂ ਕੀ ਸ਼ਕਤੀਆਂ ਹੋਣਗੀਆਂ ਇਹਨਾਂ ਚੀਜ਼ਾਂ ਬਾਰੇ ਸ਼ੈਡਿਊਲ ਨੰਬਰ 11 ਵਿੱਚ ਲਿਖਿਆ ਗਿਆ ਠੀਕ ਹੈ ਕਈ ਵਾਰ ਇਗਜ਼ਾਮ ਵਿੱਚ ਪੁੱਛਿਆ ਜਾਂਦਾ ਹੈ ਕਿ ਸ਼ੈਡਿਊਲ ਨੰਬਰ 11 ਵਿੱਚ ਪੰਚਾਇਤ ਦੇ ਰਿਲੇਟਡ ਕਿੰਨੇ ਮਾਮਲੇ ਦਰਜ ਨੇ ਕਿੰਨੇ ਮਾਮਲੇ ਐਡ ਕੀਤੇ ਗਏ ਨੇ ਤਾਂ ਯਾਦ ਰੱਖਿਓ 29 ਮਾਮਲੇ ਨੇ ਓਕੇ ਤੇ ਇਸ ਨੂੰ ਕਾਰਜਕ੍ਰਮ ਨੂੰ ਕਦੋਂ ਜੋੜਿਆ ਗਿਆ ਸੀ 1992 ਦੇ 73ਵੇਂ ਸੋਧ ਐਕਟ ਦੇ ਥਰੂ ਪੰਚਾਇਤੀ ਪੰਚਾਇਤਾਂ ਦੇ ਗਠਨ ਬਾਰੇ ਸ਼ੈਡਿਊਲ ਨੰਬਰ 11 ਵਿੱਚ ਲਿਖਿਆ ਗਿਆ ਸੀ ਓਕੇ ਇਸ ਤੋਂ ਬਾਅਦ ਕੁਐਸਚਨ ਨੰਬਰ 12 ਦੀ ਗੱਲ ਕਰੀਏ ਐਜ਼ ਇਟ ਕੁਐਸਚਨ 2022 ਦੇ ਸਬ ਇਨਸਪੈਕਟਰ ਦੇ ਕੁਐਸਚਨ ਵਿੱਚ ਪੁੱਛਿਆ ਗਿਆ ਸੀ ਇਹ ਸੋ ਸਬ ਇਨਸਪੈਕਟਰ ਦੇ ਇਗਜ਼ਾਮ ਵਿੱਚ ਸ਼ੈਡਿਊਲ ਨੰਬਰ 12 ਬਾਰੇ ਪੁੱਛਿਆ ਗਿਆ ਸੀ ਠੀਕ ਹੈ ਤੇ ਸ਼ੈਡਿਊਲ ਨੰਬਰ 12 ਵਿੱਚ ਕੀ ਲਿਖਿਆ ਜਾਂਦਾ ਦੋਸਤੋ ਨਗਰ ਪਾਲਿਕਾਵਾਂ ਬਾਰੇ ਦੱਸਿਆ ਗਿਆ ਹੈ ਕਿ ਭਾਰਤ ਵਿੱਚ ਜਿਹੜੀਆਂ ਨਗਰ ਪਾਲਿਕਾਵਾਂ ਹੋਣਗੀਆਂ ਉਹਨਾਂ ਦੀਆਂ ਸ਼ਕਤੀਆਂ ਕੀ ਹੋਣਗੀਆਂ ਅਥਾਰਟੀ ਕੀ ਹੋਵੇਗੀ ਜ਼ਿੰਮੇਵਾਰੀ ਕੀ ਹੋਵੇਗੀ ਠੀਕ ਹੈ ਤੇ ਇਗਜ਼ਾਮ ਵਿੱਚ ਕਦੇ ਪੁੱਛਿਆ ਜਾਂਦਾ ਹੈ ਕਿ ਸ਼ੈਡਿਊਲ ਨੰਬਰ 12 ਵਿੱਚ ਨਗਰ ਪਾਲਿਕਾਵਾਂ ਸੰਬੰਧੀ ਕਿੰਨੇ ਮਾਮਲੇ ਐਡ ਹਨ ਤਾਂ ਯ ਐਡ ਨੇ ਤੇ ਇਹ ਕਦੋਂ ਜੋੜਿਆ ਗਿਆ ਸੀ 1992 ਦੇ 74ਵੇਂ ਸੋਧ ਐਕਟ ਦੁਆਰਾ ਇਹ ਜੋੜਿਆ ਗਿਆ ਸੀ ਓਕੇ ਦੋਸਤੋ ਜੇ ਤੁਸੀਂ ਇਸ ਦੇ ਰਿਗਾਰਡਿੰਗ ਇੰਪੋਰਟੈਂਟ ਕੁਐਸਚਨਸ ਠੀਕ ਇੰਪੋਰਟੈਂਟ ਕੁਐਸਚਨਸ ਦੇ ਰਿਗਾਰਡਿੰਗ ਵੀ ਵੀਡੀਓ ਚਾਹੁੰਦੇ ਹੋ ਤਾਂ ਉਹ ਵੀ ਮੈਨੂੰ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਦਿਓ ਕਿਉਂਕਿ ਤੁਹਾਡੇ ਡਿਮਾਂਡ ਤੇ ਹੀ ਮੈਂ ਜਿਹੜੇ ਵੀ ਸ਼ਡਿਊਲ ਦੇ ਰਿਗਾਰਡਿੰਗ ਕੁਐਸਚਨ ਐਗਜ਼ਾਮ ਵਿੱਚ ਪੁੱਟ ਹੋ ਸਕਦੇ ਨੇ ਉਸ ਦੀ ਅਲੱਗ ਤੋਂ ਇੱਕ ਵੀਡੀਓ ਤੁਹਾਨੂੰ ਪ੍ਰੋਵਾਈਡ ਕਰਾਵਾਂਗਾ ਠੀਕ ਹੈ ਜੇ ਤੁਹਾਨੂੰ ਕੁਐਸਚਨ ਦੀ ਵੀਡੀਓ ਚਾਹੀਦੀ ਹੈ ਤਾਂ ਯਸ ਕੁਐਸਚਨ ਦੀ ਵੀਡੀਓ ਇਸ ਤਰ੍ਹਾਂ ਦੀ ਚਾਹੀਦੀ ਹੈ ਕੁਝ ਵੀ ਲਿਖ ਕੇ ਕਮ ਤੋ ਚਲੋ ਹੁਣ ਆਪਾਂ ਗੱਲ ਕਰਦੇ ਨਾ ਇਹ ਸਾਰੇ 12 ਦੇ 12 ਸ਼ਡਿਊਲ ਨੇ ਆਪਾਂ ਇੱਕ ਟ੍ਰਿਕ ਨਾਲ ਕਿਵੇਂ ਯਾਦ ਕਰ ਸਕਦੇ ਹਾਂ ਦੇਖੋ ਇੱਕ ਟ੍ਰਿਕ ਹੈ ਮੈਂ Google ਤੋਂ ਡਾਊਨਲੋਡ ਕੀਤੀ ਹੈ ਮੈਨੂੰ ਇਹ ਪਸੰਦ ਆਈ ਚੀਜ਼ ਠੀਕ ਹੈ ਤਾਂ ਵਰਗੇ ਤੁਹਾਡੇ ਸਾਹਮਣੇ ਵੀ ਪੇਸ਼ ਕਰ ਰਿਆ ਤੇ ਇੱਥੇ ਕੀ ਲਿਖਿਆ ਸ਼ਡਿਊਲ ਦੀ ਟ੍ਰਿਕ ਕੀ ਹੈ ਟियर्स ਆਫ 올ਡ ਪੀਐਮ ਇਹਨ ਲਾਈਨ ਤੁਸੀਂ ਯਾਦ ਰੱਖਿਓ ਬੱਸ ਇਹ ਲਾਈਨ ਯਾਦ ਰੱਖ ਲਈ ਤਾਂ ਆਲ 12 ਦੇ 12 ਸ਼ਡਿਊਲ ਆ ਜਿਹੜੇ ਉਹ ਤੁਹਾਨੂੰ ਯਾਦ ਹੋ ਜਾਣਗੇ ਟियर्स ਆਫ 올ਡ ਠੀਕ ਹੈ ਟੀਮ ਐਨੇ ਕੀ ਹੋ ਗਿਆ ਇਥੇ ਯੂਨੀਅਨ ਟੈਰਿਟਰੀ ਐਂਡ ਸਟੇਟ ਠੀਕ ਹੈ ਨੇਮ ਐਂਡ ਐਕਸਟੈਂਡ ਠੀਕ ਹੈ ਇਥੇ इजीली ਤੁਹਾਨੂੰ ਯਾਦ ਰਹ ਜੇਗਾ ਯੂਨੀਅਨ ਟੈਰਿਟਰੀ ਐਂਡ ਸਟੇਟਸ ਠੀਕ ਹੈ ਇਸ ਤੋਂ ਇਲਾਵਾ ਈ ਦੀ ਗੱਲ ਕਰੀਏ ਈ ਈ ਵਿੱਚ ਕੀ ਆ ਗਿਆ ਜਿਹੜੀ ਵੀ ਐਮੂਲੈਂਸ ਨੇ ਜਿਹੜੇ ਵੀ ਇਹਨਾਂ ਦੇ ਪ੍ਰੈਜ਼ੀਡੈਂਟ ਗਵਰਨਰ ਸਪੀਕਰਸ ਇਹਨਾਂ ਦੀ ਸੈਲਰੀ ਭੱਤੇ ਨੇ ਉਸ ਬਾਰੇ ਇਸ ਨਾਲ ਇਹ इजीली ਰਿਲੇਟ ਹੋ ਜਾਂਦਾ ਹੈ। ਸੋ ਬਾਦ A ਫੋਰ ਐਫਰਮੇਸ਼ਨ ਐਂਡ ਓਥਸ ਉਸਮਨ ਇਹ ਸਭ ਨੂੰ ਪਤਾ ਕੀ ਹੁੰਦੀ ਹੈ ਕਸਮ ਹੁੰਦੀ ਹੈ ਨਾ ਸ਼ਪਤ ਹੁੰਦੀ ਹੈ। ਇਸੇ ਤਰ੍ਹਾਂ ਇਹ ਆ ਗਿਆ ਸੋਰੀ R ਆ ਗਿਆ R ਦਾ ਮਤਲਬ ਕੀ ਹੋ ਗਿਆ ਇੱਥੇ ਰਾਜ ਸਭਾ ਰਾਜ ਸਬੰਧੀ ਸੀਟਾਂ ਬਾਰੇ ਡਿਸਕਸ ਕੀਤਾ ਗਿਆ ਠੀਕ ਹੈ ਇਸ ਤੋਂ ਬਾਅਦ S ਸ਼ੈਡਿਊਲ ਏਰੀਆ ਐਂਡ ਸ਼ੈਡਿਊਲ ਟ్రਾਈਬਸ ਵਿੱਚ ਕਿਵੇਂ ਰਾਜ ਕਰਨਾ ਹੈ ਕਿਵੇਂ ਸ਼ਾਸਨ ਕਰਨਾ ਹੈ ਇਸ ਬਾਰੇ S ਨਾਲ ਆਪਾਂ ਰਿਲੇਟ ਕਰ ਲਵਾਂਗੇ। O ਅਦਰ ਸ਼ੈਡਿਊਲ ਏਰੀਆ ਜਿਵੇਂ ਅਸਾਮ ਮੇਂ ਗੱਲ ਹੈ ਤੇਰਪੁਰਾ ਤੇ ਮਿਜ਼ੋਰਮ ਠੀਕ ਹੈ ਇਸ ਤਰ੍ਹਾਂ ਇਸ ਤਰੀਕੇ ਦੇ थ्रू ਤੁਹਾਨੂੰ इजीली ਸਾਰੀ ਇਹ ਚੀਜ਼ਾਂ ਯਾਦ ਹੋ ਜਾਣਗੀਆਂ ਬਾਕੀ ਇੱਕ ਹੋਰ ਪੰਜਾਬੀ ਦੀ ਟ੍ਰਿਕ ਵੀ ਤੁਹਾਨੂੰ ਸਮਝਾ ਦੇਵਾਂਗਾ ਜਦੋਂ ਆਪਾਂ ਇਸ ਦੇ ਕੁਐਸਚਨ ਕਵਰ ਕਰਾਂਗੇ ਨਾ ਉਸ ਵਿੱਚ ਪੰਜਾਬੀ ਵਿੱਚ ਇੰਨੇ ਤੱਕ ਮੈਂ ਉਹ ਟ੍ਰਿਕ ਯਾਦ ਕਰ ਲਾਂਗਾ ਜਿਸ سے ਦੇ थ्रू ਤੁਹਾਨੂੰ इजीली ਇਹ ਯਾਦ ਹੋ ਜਾਵੇ